ਆਮ ਆਦਮੀ ਪਾਰਟੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਜਸਟਿਸ ਨਾਰੰਗ ਦੁਆਰਾ ਕਲੀਨ ਚਿੱਟ ਦੇਣ ਤੇ ਵਿਰੋਧ ਜਤਾਇਆ। ਉਹਨਾਂ ਦੇ ਇਸ ਵਿਰੋਧ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇਕਰ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਨਤੀਜਾ ਆਉਂਦਾ ਤਾਂ ਸੁਖਪਾਲ ਸਿੰਘ ਖਹਿਰਾ ਉਸ ਤੇ ਸਹਿਮਤ ਹੁੰਦੇ, ਪਰ ਹੱਕ 'ਚ ਫੈਸਲਾ ਆਉਣ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਜਸਟਿਸ ਨਾਰੰਗ ਦੀ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਨੇ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੱਜ ਦੇ ਫੈਸਲੇ ਨਾਲ ਸਹਿਮਤ ਨਹੀਂ, ਇਸ ਦਾ ਮਤਲਬ ਉਹਨਾਂ ਨੂੰ ਜੱਜ 'ਤੇ ਸ਼ੱਕ ਹੈ। ਗੱਲ ਇਹ ਹੈ, ਸੁਖਪਾਲ ਸਿੰਘ ਖਹਿਰਾ ਜੀ ਨੂੰ ਮੈਂ ਸਤਿਕਾਰਯੋਗ ਨੇ, ਵਿਰੋਧੀ ਧਿਰ ਦੇ ਲੀਡਰ ਨੇ, ਕਹਿਣਾ ਚਾਹੁੰਦਾ ਇੱਕ ਗੱਲ 'ਤੇ ਸਟੈਂਡ ਕਰਨ ਵੀ ਜੇ ਇਹ ਕੀ ਹੋਇਆ ਵੀ ਜੇ ਤਾਂ ਰਾਣੇ ਦੇ ਖਿਲਾਫ ਹੋਈ ਫਿਰ ਤਾਂ ਮੈਂ ਹੱਕ 'ਚ ਹਾਂ, ਜੇ ਨਾ ਖਿਲਾਫ ਹੋਈ ਫਿਰ ਇਹਦਾ ਮਤਲਬ ਜੱਜ ਸਾਹਿਬ 'ਤੇ ਇਤਵਾਰ ਨਹੀਂ, ਇਹਨਾਂ ਨੂੰ ਜਸਟਿਸ 'ਤੇ ਇਤਵਾਰ ਨਹੀਂ ਹੈ। ਇਹ ਸੋਚ ਕੇ ਬੋਲਿਆ ਕਰਨ, ਇਹਦਾ ਮਤਲਬ ਜਸਟਿਸ ਜੱਜ ਦੇ ਫੈਸਲੇ ਨੂੰ ਇਹ ਸ਼ੱਕ ਕਰਦੇ ਨੇ। ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਸੋਚਣਾ ਚਾਹੀਦਾ। ਸ਼੍ਰੀ ਧਰਮਸੋਤ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਜੱਜ ਦੇ ਫੈਸਲੇ 'ਤੇ ਪੂਰਾ ਭਰੋਸਾ ਹੈ ਅਤੇ ਜੱਜ ਨੇ ਸਹੀ ਫੈਸਲਾ ਦੇ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ। ਸਪੋਕਸਮੈਨ ਟੀਵੀ ਦੇ ਲਈ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ।